ਪੰਜਾਬ ਦੇ ਦੋ ਸ਼ਹਿਰਾਂ ਦੇ ਵਿੱਚ ਈਡੀ ਵੱਲੋਂ ਕਾਫੀ ਵੱਡੀ ਰੇਡ ਮਾਰੀ ਗਈ ਹੈ, ਇੱਕ ਲੁਧਿਆਣਾ ਅਤੇ ਦੂਸਰਾ ਜਲੰਧਰ। ਜਲੰਧਰ ਦੇ ਵਿੱਚ ਦੋ ਥਾਵਾਂ ਦੇ ਉੱਪਰ ਰੇਡ ਪਈ ਹੈ, ਲੁਧਿਆਣੇ ਦੇ ਵਿੱਚ ਵੀ ਦੋ ਥਾਵਾਂ ਦੇ ਉੱਪਰ ਰੇਡ ਪਈ ਹੈ। ਰੇਡ ਕਾਫੀ ਵੱਡੀ ਹੈ ਕਿਉਂਕਿ ਜਿਸ ਤਰੀਕੇ ਦੀ ਈਡੀ ਨੂੰ ਇਨਫੋਰਮੇਸ਼ਨ ਮਿਲੀ ਸੀ ਉਸਦੇ ਮੁਤਾਬਕ ਰੇਡ ਇੰਨੀ ਵੱਡੀ ਹੈ ਕਿ ਉਸਦੇ ਵਿੱਚ ਕਾਫੀ ਪੈਸੇ ਜਿਹੜੇ ਨੇ ਉਹ ਜ਼ਬਤ ਹੋ ਸਕਦੇ ਨੇ। ਤਕਰੀਬਨ ਸਵੇਰੇ 6 ਵਜੇ ਤੋਂ ਲੁਧਿਆਣਾ ਅਤੇ ਜਲੰਧਰ ਦੇ ਵਿੱਚ ਇਹ ਰੇਡ ਚੱਲ ਰਹੀ ਹੈ, ਦੋ ਥਾਵਾਂ ਦੇ ਉੱਪਰ ਇਹ ਰੇਡ ਚੱਲ ਰਹੀ ਹੈ। ਜਿਸ ਥਾਂ ਦੇ ਉੱਪਰ ਅਸੀਂ ਇਸ ਵਕਤ ਖੜ੍ਹੇ ਹਾਂ ਉਹ ਵੀ ਤੁਹਾਨੂੰ ਜ਼ਰੂਰ ਤਸਵੀਰ ਮੈਂ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ। ਇਹ ਤੁਸੀਂ ਜ਼ਰੂਰ ਤਸਵੀਰ ਕਰੋ। ਚੰਦਨ ਜਿਹੜਾ ਹੈਗਾ ਹੈ ਉਹ ਅਗਰਵਾਲ ਦੇ ਘਰ ਅਤੇ ਦਫ਼ਤਰ ਦੇ ਵਿੱਚ ਜਿਹੜਾ ਹੈਗਾ ਹੈ ਉਹ ਈਡੀ ਵੱਲੋਂ ਰੇਡ ਜਿਹੜੀ ਉਹ ਮਾਰੀ ਗਈ ਹੈ। ਇਹ ਤੁਸੀਂ ਫਾਈਨੈਂਸ ਕੰਪਨੀ ਦਾ ਦਫ਼ਤਰ ਜ਼ਰੂਰ ਦੇਖੋ ਜਿਸ ਜਗ੍ਹਾ ਦੇ ਉੱਪਰ ਈਡੀ ਵੱਲੋਂ ਰੇਡ ਮਾਰੀ ਗਈ ਹੈਗੀ ਹੈ। ਇਸ ਤੋਂ ਇਲਾਵਾ ਚੰਦਨ ਜਿਹੜਾ ਹੈਗਾ ਹੈ ਉਹ ਅਗਰਵਾਲ ਦੇ ਘਰ ਦੇ ਵਿੱਚ ਵੀ ਰੇਡ ਮਾਰੀ ਗਈ ਹੈ। ਚੰਦਨ ਅਗਰਵਾਲ ਜਲੰਧਰ ਦੇ ਨਾਮੀ ਜਿਹੜੇ ਨੇ ਉਹ ਵਿਅਕਤੀ ਨੇ ਜਿਨ੍ਹਾਂ ਵੱਲੋਂ ਕਈ ਕੰਮ ਜਿਹੜੇ ਨੇ ਉਹ ਕੀਤੇ ਜਾਂਦੇ ਨੇ। ਹਾਲਾਂਕਿ ਕੰਮ ਦੇ ਮੈਂ ਨਾਂ ਇਸ ਲਈ ਨਹੀਂ ਲੈ ਰਿਹਾ ਕਿਉਂਕਿ ਹਰੇਕ ਪੱਖੋਂ ਜਿਹੜੀ ਹੈ ਉਹਨਾਂ ਦੀ ਜਾਂਚ ਹੁੰਦੀ ਹੋਈ ਨਜ਼ਰ ਆ ਰਹੀ ਹੈ, ਤਾਂ ਕਈ ਕੰਮ ਕਰਦੇ ਨੇ ਜਿਸ ਦੇ ਤਹਿਤ ਜਿਹੜਾ ਹੈਗਾ ਹੈ ਉਹਨਾਂ ਦੇ ਕੋਲ ਸੰਪੱਤੀ ਤੋਂ ਵੱਧ ਆਏ ਅਤੇ ਹੋਰ ਚੀਜ਼ਾਂ ਦੇ ਕਾਰਨ ਜਿਹੜਾ ਹੈ ਉਹਨਾਂ ਦੇ ਉੱਪਰ ਈਡੀ ਵੱਲੋਂ ਰੇਡ ਮਾਰੀ ਗਈ ਹੈ। ਇਹ ਤੁਸੀਂ ਤਸਵੀਰ ਜ਼ਰੂਰ ਦੇਖੋ, ਖਾਸ ਤਸਵੀਰ ਤੁਹਾਨੂੰ ਐਕਸਕਲੂਸਿਵ ਤਸਵੀਰ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿੱਥੇ ਤਕਰੀਬਨ ਜਿਹੜਾ ਹੈ ਉਹ 6 ਵਜੇ ਤੋਂ ਰੇਡ ਚੱਲ ਰਹੀ ਹੈ। CRPF ਦੇ ਜਵਾਨ ਵੀ ਜਿਹੜੇ ਨੇ ਉਹ ਤਕਰੀਬਨ ਬੈਠੇ ਹੋਏ ਨੇ ਕਿਉਂਕਿ ਸਵੇਰ ਤੋਂ ਇਹ ਰੇਡ ਚੱਲਦੀ ਹੋਈ ਨਜ਼ਰ ਆ ਰਹੀ ਹੈ ਅਤੇ ਸਵੇਰ ਤੋਂ ਹੀ ਪ੍ਰੋਪਰ ਤਰੀਕੇ ਦੇ ਨਾਲ ਕੈਮਰਾ ਪਰਸਨ ਨੂੰ ਜ਼ਰੂਰ ਕਹੂੰਗਾ ਕਿ ਤਸਵੀਰਾਂ ਜ਼ਰੂਰ ਦਿਖਾ ਦੇਣ। ਕਿਸੇ ਨੂੰ ਵੀ ਜਿਹੜਾ ਹੈ ਉਹ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ, ਇਸ ਥਾਂ ਤੋਂ ਅੰਦਰ ਕਿਸੇ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ ਹੈ। ਜ਼ਰੂਰ ਮੈਂ ਕੈਮਰਾਮੈਨ ਨੂੰ ਦੂਸਰਾ ਗੇਟ ਵੀ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਕਿ ਉਹ ਦੇਖੋ ਜਿਹੜਾ ਗੇਟ ਤੋਂ ਉੱਪਰ ਜਿਹੜਾ ਹੈ ਉਹ 2nd ਫਲੋਰ ਦੇ ਉੱਪਰ ਜਾਇਆ ਜਾਂਦਾ ਹੈ ਅਤੇ ਉਸ ਗੇਟ ਨੂੰ ਵੀ ਜਿਹੜਾ ਹੈ ਉਹ ਪ੍ਰੋਪਰ ਤਰੀਕੇ ਦੇ ਨਾਲ ਬੰਦ ਕਰ ਦਿੱਤਾ ਗਿਆ ਹੈ ਤਾਂ ਕਿ ਕੋਈ ਵੀ ਵਿਅਕਤੀ ਜਿਹੜਾ ਹੈ ਉਹ ਕਿਸੇ ਵੀ ਥਾਂ ਤੋਂ ਜਿਹੜਾ ਹੈ ਉਹ ਭੱਜ ਨਾ ਸਕੇ। ਪਿੱਛੇਲੇ ਪਾਸੇ ਵੀ ਜਿਹੜੀ ਹੈ ਉਹ CRPF ਦੇ ਜਵਾਨ ਖੜ੍ਹੇ ਹੋਏ ਨੇ, ਇਹ ਤੁਸੀਂ ਤਸਵੀਰ ਜ਼ਰੂਰ ਦੇਖੋ ਜਿੱਥੇ CRPF ਦੇ ਜਵਾਨ ਵੱਲੋਂ ਗਸ਼ਤ ਲਗਾਈ ਜਾ ਰਹੀ ਹੈ ਤਾਂ ਕਿ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਹੈ ਉਹ ਕੋਈ ਵੀ ਵਿਅਕਤੀ ਇਸ ਦਫ਼ਤਰ ਦੇ ਵਿੱਚੋਂ ਬਾਹਰ ਨਾ ਜਾਵੇ। ਤਾਂ ਸਵੇਰੇ ਜਿਹੜਾ ਹੈਗਾ ਉਹ ਤਕਰੀਬਨ 6 ਵਜੇ ਤੋਂ ਈਡੀ ਵੱਲੋਂ ਰੇਡ ਕੀਤੀ ਜਾ ਰਹੀ ਹੈ, ਸਾਰੇ ਹੀ ਕਾਗਜ਼ ਜਿਹੜੇ ਨੇ ਉਹ ਖੰਗਾਲੇ ਜਾ ਰਹੇ ਨੇ। ਚੰਦਨ ਜਿਹੜਾ ਹੈ ਉਹ ਅਗਰਵਾਲ ਹੋਰਾਂ ਦੇ ਘਰ ਅਤੇ ਦਫ਼ਤਰ ਦੇ ਵਿੱਚ ਰੇਡ ਜਿਹੜੀ ਉਹ ਮਾਰੀ ਜਾ ਰਹੀ ਹੈ, ਘਰ ਦੇ ਵਿੱਚ ਵੀ ਰੇਡ ਚੱਲਦੀ ਹੋਈ ਨਜ਼ਰ ਆ ਰਹੀ ਹੈ। ਤਾਂ ਜਲੰਧਰ ਦੇ ਮਸ਼ਹੂਰ ਚੌਂਕ ਜੋਤੀ ਚੌਂਕ ਦੇ ਵਿੱਚ ਮੌਜੂਦ ਚੰਦਨ ਅਗਰਵਾਲ ਦੇ ਦਫ਼ਤਰ ਦੇ ਵਿੱਚ ਵੀ ਜਿਹੜੀ ਹੈ ਉਹ ਰੇਡ ਮਾਰੀ ਹੈ। ਦਫ਼ਤਰ 2nd ਫਲੋਰ ਦੇ ਉੱਪਰ ਹੈ ਜਿਸ ਜਗ੍ਹਾ ਦੇ ਉੱਪਰ ਈਡੀ ਦੇ ਅਫਸਰਾਂ ਵੱਲੋਂ ਰੇਡ ਮਾਰੀ ਜਾ ਰਹੀ ਹੈ। ਹਰੇਕ ਤਰੀਕੇ ਦੇ ਕਾਗਜ਼ ਜਿਹੜੇ ਨੇ ਉਹ ਖੋਲ੍ਹੇ ਜਾ ਰਹੇ ਨੇ ਤਾਂ ਕਿ ਕਿਸੇ ਵੀ ਤਰੀਕੇ ਦਾ ਜੇਕਰ ਸਬੂਤ ਮਿਲਦਾ ਹੈ ਤਾਂ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਉਹ ਜਲਦ ਤੋਂ ਜਲਦ ਪਾਈ ਜਾਵੇ। ਹਾਲਾਂਕਿ ਹਰੇਕ ਤਰੀਕੇ ਦੀ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਲੁਧਿਆਣੇ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਦੋ ਵੱਡੇ ਜਿਹੜੇ ਨੇ ਉਹ ਕਾਰੋਬਾਰੀ ਅਤੇ ਹੋਰ ਜਿਹੜੇ ਨੇ ਲੋਕ ਨੇ ਉਹਨਾਂ ਦੇ ਘਰ ਦੇ ਵਿੱਚ ਦਫ਼ਤਰਾਂ ਦੇ ਵਿੱਚ ਰੇਡ ਜਿਹੜੀ ਹੈ ਉਹ ਈਡੀ ਵੱਲੋਂ ਮਾਰੀ ਜਾ ਰਹੀ ਹੈ। ਉਸ ਤਰੀਕੇ ਦੇ ਨਾਲ ਜਲੰਧਰ ਦੇ ਵਿੱਚ ਵੀ ਜਿਹੜਾ ਹੈ ਉਹ ਵੱਡੇ ਜਿਹੜੇ ਨੇ ਉਹ ਕਾਰੋਬਾਰੀ ਕਹਿ ਲਓ ਜਾਂ ਫਿਰ ਵੱਡੇ ਜਿਹਨਾਂ ਦੇ ਕੰਮ ਨੇ ਨਾਮੀ ਇਨਸਾਨ ਨੇ ਉਹਨਾਂ ਦੇ ਦਫ਼ਤਰ ਅਤੇ ਘਰ ਦੇ ਬਾਹਰ ਜਿਹੜੀ ਹੈ ਉਹ ਰੇਡ ਮਾਰੀ ਗਈ ਹੈ। ਇਹ ਤੁਸੀਂ ਤਸਵੀਰ ਜ਼ਰੂਰ ਦੇਖੋ, ਅੰਦਰ ਕੈਮਰਾਮੈਨ ਨੂੰ ਜ਼ਰੂਰ ਕਹੂੰਗਾ ਕਿ ਤਸਵੀਰਾਂ ਜ਼ਰੂਰ ਦਿਖਾਵੇ ਜਿੱਥੇ CRPF ਦੇ ਜਵਾਨ ਜਿਹੜੇ ਨੇ ਉਹ ਮੌਜੂਦ ਨੇ। ਅੰਦਰ ਈਡੀ ਦੀਆਂ ਗੱਡੀਆਂ ਜਿਹੜੀਆਂ ਨੇ ਉਹ ਸਰਕਾਰੀ ਗੱਡੀਆਂ ਮੌਜੂਦ ਨੇ, ਹਰੇਕ ਤਰੀਕੇ ਦੀ ਜਿਹੜੀ ਉਹ ਕਾਰਵਾਈ ਜਿਹੜੀ ਉਹ ਚੱਲਦੀ ਹੋਈ ਨਜ਼ਰ ਆ ਰਹੀ ਹੈ। ਤਕਰੀਬਨ 6 ਵਜੇ ਤੋਂ ਇਹ ਕਾਰਵਾਈ ਜਿਹੜੀ ਹੈ ਉਹ ਲਗਾਤਾਰ ਚੱਲਦੀ ਹੋਈ ਨਜ਼ਰ ਆ ਰਹੀ ਹੈ। ਹਾਲੇ ਤੱਕ ਪੂਰੇ ਜਿਹੜੇ ਉਹ ਫੈਕਟ ਕਿਸੇ ਵੀ ਤਰੀਕੇ ਦੇ ਨਾਲ ਨਾ ਤਾਂ ਈਡੀ ਵੱਲੋਂ ਅਤੇ ਨਾ ਹੀ ਕਿਸੇ ਹੋਰ ਵਿਅਕਤੀ ਵੱਲੋਂ ਜਿਹੜੇ ਉਹ
ਜ਼ਾਹਿਰ ਕੀਤੇ ਗਏ ਦੱਸੇ ਜਾ ਰਹੇ ਨੇ, ਜੋ ਵੀ ਫੈਕਟ ਹੋਣਗੇ ਉਹ ਤੁਹਾਨੂੰ ਜਿਹੜੀ ਹੈ ਉਹ ਜਲਦ ਤੋਂ ਜਲਦ ਉਸਦੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ। ਹਾਲ ਫਿਲਹਾਲ ਦੀ ਘੜੀ ਜਲੰਧਰ ਦੇ ਵਿੱਚ ਈਡੀ ਵੱਲੋਂ ਵੱਡੀ ਜਿਹੜੀ ਹੈ ਉਹ ਰੇਡ ਮਾਰੀ ਗਈ ਹੈਗੀ ਹੈ ਚੰਦਨ ਅਗਰਵਾਲ ਦੇ ਘਰ ਅਤੇ ਦਫ਼ਤਰ ਦੇ ਵਿੱਚ। ਈਡੀ ਵੱਲੋਂ ਤਕਰੀਬਨ 6 ਵਜੇ ਤੋਂ ਇਹ ਰੇਡ ਮਾਰੀ ਜਾ ਰਹੀ ਹੈ, ਜਿਸ ਦੇ ਵਿੱਚ ਕਈ ਸਵਾਲ ਜਿਹੜੇ ਨੇ ਉਹ ਚੰਦਨ ਅਗਰਵਾਲ ਦੇ ਉੱਪਰ ਵੀ ਜਿਹੜਾ ਹੈ ਉਹ ਈਡੀ ਚੱਕਦੀ ਹੋਈ ਨਜ਼ਰ ਆ ਰਹੀ ਹੈ, ਕਿਉਂਕਿ ਬੀਤੇ ਕਈ ਦਿਨਾਂ ਤੋਂ ਉਹਨਾਂ ਦਾ ਨਾਮ ਸੁਰਖੀਆਂ ਦੇ ਵਿੱਚ ਜਲੰਧਰ ਦੇ ਵਿੱਚ ਚੱਲਦਾ ਹੋਇਆ ਨਜ਼ਰ ਆ ਰਿਹਾ ਸੀ, ਜਿਸ ਤੋਂ ਬਾਅਦ ਈਡੀ ਵੱਲੋਂ ਉਹਨਾਂ ਦੇ ਦਫ਼ਤਰ ਅਤੇ ਘਰ ਦੇ ਵਿੱਚ ਰੇਡ ਮਾਰੀ ਗਈ ਹੈ। ਕੈਮਰਾਪਰਸਨ ਪੰਕਜ ਦੇ ਨਾਲ ਰਾਜ ਗੁਪਤਾ, ਬਬਸ਼ਾਈ ਟਾਈਮ।